ਇੱਕ ਵਾਰ ਸੁਣੇ ਨਾ ਭਾਈ ਜਨਾਜ਼ਾ ਤੇ ਇੱਕ ਵਾਰੀ ਜਨਾਜ਼ਾ ਮਸਤੂਰਾਤ ਜਾਵਣ ਤੋਂ ਪਹਿਲੇ ਮੇਰੇ ਸਾਹਮਣੇ ਖਿਲਣਾ ਮੁਲਤਾਨ ਦੇ ਸ਼ਰੀਫ ਜ਼ਦਾਰੋ ਇਹ ਹਸਨ ਅਮੀਰ ਦਾ ਜਨਾਜ਼ਾ ਆਪਣੀ ਮਾਵਾਂ ਦੇ ਭੈਣਾਂ ਦੇ ਹਿੱਸੇ ਦੇ ਵੱਧ ਨਾ ਹੋ ਕੇ ਅਸਲ ਹੋਏ ਜਿੱਤੇ ਲਗਾਰ ਜਨਾਜ਼ਾ ਕਬਰਸਤਾਨ ਚ ਲਾਇਆ ਇੱਕ ਵਾਰੀ ਮੇਰੇ ਪਾਸੇ ਵੇਖੋ ਰੋੜਾ ਨੇ ਪਹਿਲਾ ਜਨਾਜ਼ਾ ਜਿਹੜਾ ਨਾਲੇ ਦੇ ਕਬਰਸਤਾਨ ਚ ਵਾਪਸ ਲਾਇਆ ਸਦਾ ਜੀਓ ਰੱਜ ਕੇ ਰੋਵੇ ਬਾਬਾ ਥੋੜੀ ਚਿੱਠੀ ਲਾੜੀ ਦੀ ਕਸਮ ਰੋਂਦੀ ਅੱਖਾਂ ਦੀ ਕਸਮ ਜਨਾਜ਼ਾ ਬਣਿਆ ਹਸਨ ਅਮੀਰ ਦੇ ਜਨਾਜ਼ੇ ਦਾ ਹਿਕਮਾਇਨ ਸੁਣਾਵਾਂ ਯਾ ਹੁਸੈਨ ਯਾ ਹੁਸੈਨ ਹੁਸੈਨ ਯਾ ਹੁਸੈਨ ਯਾ ਹੁਸੈਨ
جنازہ والا ہے، عرضدار جنازے دی زیارت کیتی ہے، زہر ملی ہوئی ہے، امیر قاسم نو یتیم والی حالت بنا کے انہیں برا پڑھتا پیا آئی جو پھوپھیاں دے دروازے تے ماں بھیجیا، اللہ گواہ امیر قاسم پھوپھیاں دے دروازے تے تہجد دے ویلے روندا ہی بیٹھا ہے، تے وین کر کے آدھا کیا بیٹھا سناوا، امیر قاسم رو کے پیو دی موت دی اطلاع کیویں دتی ہے، رو کے وین کر کے آدھا بیٹھا ہے، آو جلدی آو جلدی ساڈے ویڑے وچ بھاوے تے وقت گزائے، بد قاسم وین کریندا ہے، آو جلدی ساڈے ویڑے وچ بھاوے تے وقت گزائے، بد قاسم وین کریندا ہے، او آو جلدی ساڈے جیو میرے دل سے دے
मजबूर बना جنازے لوائن لٹی گئیاں لی دیاں دیاں جنا بلے ہائے کیتی ہے 28 رجب نو وطن چھٹ گیا کربلا اجلا محرم دی جھندی دیگر تو لائے کے ایک سال دے امن نبھا کے علی دیاں دیاں جڑا گراواں دا چہرہ کی تڑ ساواں اس تائیں علی دیاں دیاں دے نقصان چکے ہو جڑے بات میں کھڑے ہو ہر ممبر تے جڑے سید کھڑے ہو جانا بتا ہائے باؤں کی تے امتیاں کربل وچ روندے کھڑے آخری مکان جو ہے جڑے ماتمی نہ تھکن والے عزادار
आज तो लोग दीन दे ठेकेदार बड़े वदनी मैं सामना जाना कर दी दीदी चादर ना लुटी दी वत दीन नहीं बचदा सैयदादा तेरी डाडी दा दुख भी असलो इना दीन बच गया होया क्या है उंदी खातिर पाके हाथ करिया आवे दुनिया बेच बाजारां दे ਹੁਕਮ ਹੈ ਉਸ ਵਹਿਣ ਦੇ ਬਾਅਦ ਮੈਂ ਮਾਸੂਮਾ ਸੈਨ ਦੇ ਦੁਰ ਬਰਾਮਦ ਕਰੇ ਸਾਂ ਇੱਕ ਵਹਿਣ ਹੈ ਜਿਸ ਦਾ ਹੁਕਮ ਅਜ਼ਾਦਾਰਾਂ ਕੀਤਾ ਹੈ ਜੋ ਉਸ ਦਾ ਵਹਿਣ ਜ਼ਰੂਰ ਸੁਣਾਵੇ ਜਿਹਦੇ ਲਾਹਣ ਤੋਂ ਬਾਅਦ ਆਲੀਆ ਦੇ ਮਾਣ ਮੁੱਕ ਗਏ ਜਿਹੜਾ ਬੰਦਾ ਜੇ ਨਹੀਂ ਰੋ ਸਕਿਆ ਅੱਬਾਸ ਕੋਈ ਸੌਖਾ ਲੱਗਦਾ ਹੈ ਅੱਬਾਸ ਦੀ ਕਹਾਈ ਤੋਂ ਬਾਅਦ ਵਹਿਣ ਵਿਆਹ ਦੀ ਤੱਕ ਨਹੀਂ ਪਾਉਂਦੀ ਲਹਿ ਗਿਆ ਮਾਣ ਮੁੱਕ ਗਏ ਮਣ ਦਰਿਆ ਤੇ ਬਿਰਾ ਨੂੰ ਸਮਾ ਕੇ ਮਜ਼ਲੂਮ ਮੈਂ ਕਰਬਲਾ ਬਿਰਾ ਦਾ ਅਲਮ ਤੇ ਮਸ਼ਕ ਚਾ ਕੇ ਖਿਆਮ ਦੇ ਪਾਸੇ ਤੁਰਿਆ ਬਸ ਆਖਰੀ ਵਹਿਣ ਤੇ ਜ਼ਹਿਮਤ ਤਮਾਮ ਜਿਹੜੇ ਅਜ਼ਾਦਾਰ ਰੋਵਣ ਵਾਸਤੇ ਹੋਇਆ ਗੱਲ ਉਸ ਬੰਦੇ ਨਾਲ ਹੈ ਦਰਜਾਤ ਬੁਲੰਦ ਹੋਵਣ ਜ਼ਵਾਰ ਮੇਵਾ ਖਾਂ ਕਲੇਰੀ ਮਰਹੂਮ ਮੇਰੇ ਰੂਹਾਨੀ ਉਸਤਾਦ ਹਨ ਅੱਜ ਤੋਂ ਬਹੁਤ ਸਾਲ ਪਹਿਲੇ ਉਹਨਾਂ ਪੜ੍ਹਿਆ ਜੋ ਭੈਣਾਂ ਦੇ ਮਾਣ ਅੱਬਾਸ ਜ਼ੀਨ ਤੋਂ ਕਿਵੇਂ ਲੱਗਾ ਦਰ ਖਿਆਮ ਤੇ ਆਲੀਆ ਬਿਰਾ ਦਾ ਅਲਮ ਜੋ ਆਉਂਦਾ ਡਿੱਠਾ ਨਾ ਦੋਵੇਂ ਆ ਸੱਤ ਤੇ ਰੱਖ ਕੇ ਰੋਂਦੀ ਖੜੀਏ ਤੇ ਵਹਿਣ ਕਰਕੇ ਆਦੀ ਖੜੀਏ ਬੈਣ ਦਾ ਮਾਣੀ ਅਬਾਸ ਬਿਰਾ ਜਿਤਨੇ ਅਜ਼ਾਦਾਰ ਖੜੇ ਹੋ ਇਮਾਮ ਹੁਸੈਨ ਦਾ ਛੋਟਾ ਜੀ ਅਦਾ ਕਰਾ ਮਿਲਾ ਪਿਆ ਕਰੇ ਨਾ ਲਗਦਾ ਜਲਦੀ ਆ ਫੈਨਾ
ਵਾਰੀ ਹਰ ਅਦਾਦਾਰ ਮਿੱਟੀ ਤੇ ਬਵੇ, ਇੱਕ ਵਾਰੀ ਹਰ ਅਦਾਦਾਰ ਮਿੱਟੀ ਤੇ ਬਵੇ। ਮੇਰੀ ਮਾਵਾਂ ਭੈਣਾਂ ਤੁਸਾਂ ਹੀ ਬਹਿ ਬੈਸੋ, ਜਿੱਥੋਂ ਤਾਈਂ ਮੇਰੀ ਆਵਾਜ਼ ਪੈ ਬਹਿੰਦੀ ਹੈ, ਅਜ਼ਾਦਾਰ ਬਹਿ ਜਾਓ, ਇੱਕ ਮੰਜ਼ਰ ਯਾਦ ਦਿਵਾਉਣਾ। ਹਰ ਅਜ਼ਾਦਾਰ ਸਹੀ ਅਜ਼ਾਦਾ ਸਾਹਮਣੇ ਬਹਿ, ਦਰਜਾਤ ਬੁਲੰਦ ਹੋਵੇ। ਬਾਬਾ ਰਿਆਜ਼ ਹੁਸੈਨ ਸ਼ਾਹ ਮੋਛਾ ਲੈ, ਜਦੈ ਗਾਦੀ ਸ਼ਹਿਨ ਸ਼ਾਹ ਦੀ ਗੁਰਬਤ ਪੜ੍ਹਨਾ, ਇਸੇ ਰੰਗ ਚ ਪੜਦੇ ਹਨ। ਹੱਥ ਕੱਲਾ ਕਰੋ ਸਵਾਲ ਅਲੀ ਜਾਨ, ਅਜ਼ਾਦਾਰਾਂ ਨੂੰ ਮਿੱਟੀਆਂ ਤੇ ਕਿਉਂ ਬਹਾਇਆ ਹੈ? ਰੋਣ ਵਾਲੇ ਇਮਾਮ ਹੁਸੈਨ ਦਾ ਛੱਡ ਜੀ ਅਦਾ ਕਰਾ, ਇੱਕ ਮੰਜ਼ਰ ਯਾਦ ਨਿਵਾਉਣਾ ਹੈ। ਰੋਣ ਵਾਲੇ ਜਿਹੜਾ ਗਾਦੀ ਜੀ ਆ ਫਿਰਾ ਮਰ ਗਿਆ, ਜਿਹੜੇ ਦੋ ਸੱਕੇ ਬਿਰਾ ਮਜਲਿਸ ਵਿੱਚ ਆਏ ਹੋਣ, ਹੱਥ ਖੜਾ ਕਰੇ। ਜਿਹੜੇ ਦੋ ਸੱਕੇ ਬਿਰਾ ਇਮਾਮ ਹੁਸੈਨ ਦਾ ਜ਼ਿਕਰਾ ਜੋਦੀ ਜਾਗ ਦੁਆ ਮੰਗਾਈ ਵੇਲਾ, ਇਹ ਦੋ ਸੱਕੇ ਬਿਰਾ। ਬਾਬਾ ਕਮਰ ਸ਼ਾਹ ਜੀ ਤੁਹਾਡੀ ਸਾਥ ਦੀ ਮਿਹਨਤ, ਮੈਂ ਆਖਿਆ ਬਿਰਾ ਬਿਰਾਵਾਂ ਦੇ ਮਾਣ, ਜਿਤਨੇ ਅਜ਼ਾਦ ਹੋ ਲਵੇ, ਹੋ ਸਕਦਾ ਇਸੇ ਮਜਲਿਸ ਵਿੱਚ ਕੋਈ ਅਜ਼ਾਦਾਰ ਹੀ ਹੋ ਜੀ ਆ ਜਾਵੇ। ਜਿਹਦਾ ਜਵਾਨ ਬਿਰਾ ਦੁਨੀਆ ਦੁਰਦੁਰ ਰੋਣਾ ਨਾ ਕਰੋ, ਉਹਦੇ ਕੋਲ ਸਵਾਲ ਕਿਉਂ ਬਿਰਾ ਤੂੰ ਬਗੈਰ ਕਿਵੇਂ ਵਧੀ ਨਿਭਦੀ ਹੈ? ਅੱਲਾ ਗਵਾ ਦਰਜਾਤ ਬੁਲੰਦ ਹੋਣ,
ਬਾਬਾ ਸਾਬਿਰ ਹੁਸੈਨ ਸ਼ਾਹ ਬੇਹਲਾਲ ਉਹ ਪੜ੍ਹਦੇ ਰਹਿੰਦੇ ਹਨ। ਕਾਇਨਾਤ 'ਚ ਬਹੁਤ ਸਾਰੀਆਂ ਮੌਤਾਂ ਤੁਸੀਂ ਡਿੱਠੀਆਂ ਸਰ, ਇੱਕਾ ਮੌਤ ਹੈ ਜਿਹੜੀ ਗੈਰ ਨੂੰ ਰੁਆ ਵੈਂਦੀ। ਕਦੋਂ ਸਵਾਲ ਲਈ ਜਾਣ ਕਿਹੜੀ ਮੌਤ ਜਿਹੜਾ ਕਹਿ ਪਿਆ ਦੇ ਸਾਹਮਣੇ ਉਹਦਾ ਸ਼ਕਲ ਪਿਆ ਵਾਲੇ ਗੈਰੀ ਆ ਕੇ ਵਧੇ ਉਹਦੇ ਦੇ ਜਵਾਨ ਬਿਨਾ ਦੇ ਬੜੇ ਅਰਮਾਨ ਲੋਕਾਂ ਦੇ ਨਸ਼ੀਹ ਰੋਂਦੇ ਅਸਾਂ ਮਰ ਕਿਉਂ ਨਹੀਂ ਲੈਂਦੇ। ਵਿਰਾ ਦੇ ਸਾਹਮਣੇ ਵਿਰਾ ਮਰ ਗਈਆ ਮਣ ਦਰਿਆ ਤੇ ਸਮਾ ਕੇ ਮਜ਼ਲੂਮ ਔਖਾ ਉੱਠੀ ਜਾ। ਅੱਲਾ ਗਵਾਏ ਬਜ਼ੁਰਗ ਜ਼ਾਕਰ ਇੰਨੇ ਪੜਦੇ ਰਹਿੰਦੇ ਹਨ ਖਰੀਬ ਦੀ ਹਾਲਤ ਕਿਹੜੀ ਆਈ ਜਿੱਦਾਂ ਗਾਜ਼ੀ ਜੀ ਵਿਰਾ ਮਰ ਗਈਆ ਉਹ ਪੜਦੇ ਰਹਿੰਦੇ ਹਨ ਚੌਮਾ ਵੀਰ ਦੀ ਮਸਸ਼ਾ ਉਸਦੇ ਦੁਰ ਬਰਾਮਦ ਹੋਣ ਜਿਹੜੀ ਹੁਸੈਨ ਦੇ ਸੀਨੇ ਦਾ ਤਵੀਲ ਆਈ ਸ਼ਾਹ ਜੀ ਤੁਹਾਡੀ ਇੱਜ਼ਤ ਦੀ ਕਸਮ ਹੈ ਤੁਹਾਡਾ ਨੁਕਸਾਨ ਤੁਹਾਡਾ ਪੁੱਤਰ ਦੁਨੀਆ ਤੋਂ ਗਿਆ ਤੁਹਾਡੀ ਬੇਟੀ ਜ਼ੁਲਮ ਦੇ ਨਾਲ ਦੁਨੀਆ ਤੋਂ ਗਈ ਹੈ ਅਰਮਾਨ ਤੁਹਾਡੀ ਨੌਂਹ ਵੀ ਤੁਹਾਡੇ ਪੁੱਤਰ ਦੇ ਹੀ ਜਰੇ ਦੁਨੀਆ ਤੋਂ ਟੁਰ ਗਈ ਬਹੁਤ ਸਾਰਾ ਨੁਕਸਾਨ ਤੁਸੀਂ ਅੱਖੀ ਨਾਲ ਡਿੱਠਾ ਅੱਲਾ ਗਵਾਏ ਮੇਰੇ ਦਰੀਆ ਮੁਲਤਾਨ ਨਹੀਂ ਪੂਰੇ ਮੁਲਕ ਚ ਲੋਕ ਤੁਹਾਨੂੰ ਦਿਲਾਂ ਸੇ ਦੇ ਦੇ ਰਹੇ ਰੋਣਾ ਨਾ ਜਣਾ ਗਾਜ਼ੀ ਮਾਰ ਗਿਆ ਅਕਬਰ ਮਾਰ ਗਿਆ ਰੋਣਾ ਨਾ ਕਾਸਿਮ ਦੇ ਟੁਕੜੇ ਚੁੜਦਾ ਆ ਰੋ ਰੋ ਕੇ ਆਦਾ ਅੱਲਾ ਮੇਰੀ ਗੁਰਬਤ ਵੇ ਆਦਾ ਮੈਂ ਪੁੱਤਰ ਮਰਾਈ ਬੈਠਾ ਮੈਂ ਚਲੋ ਮੇਰਾ ਨੋਹਾ ਨਹੀਂ ਵੱਡਾ ਬਿਰਾ ਹੈ ਕੁਰਬਾਨ ਜਾਫਰੀ ਉਸ ਦਾ ਨੋਹਾ ਇੱਕ ਸੱਤਰ ਸੁਣਾ ਕੇ ਇੱਕ ਬੰਦ ਸੁਣੇ ਬਾਬਾ ਜੀ ਅਗਰ ਇਜਾਜ਼ਤ ਦੇਵੋ ਤੁਸੀਂ ਫਰਮਾਉਂਦੇ ਪਿਓ ਅੱਜ ਦੀ ਰਾਤ ਤੁਹਾਡਾ ਪੁੱਤਰ ਦੁਨੀਆ 'ਤੇ ਗਿਆ ਮੈਂ ਆਪਣੇ ਰੰਗ 'ਚ ਸੁਣਾਵਾਂ ਜਿਹੜਾ ਗਰੀਬ ਹੁਸੈਨ ਦਾ ਪੁੱਤਰ ਮਾਰਿਆ ਗਿਆ ਤੁਸਾਂ ਤਾਂ ਆਪਣੇ ਹੱਥਾਂ ਨਾਲ ਪੁੱਤਰ ਨੂੰ ਦਫ਼ਨ ਕੀਤਾ ਲਗਵਾ ਹੈ ਗਰੀਬ ਪੁੱਤਰ ਦੇ ਕਾਤਲਾਂ ਕੋਲੋਂ ਕਮਾ ਚਿੱਠ ਲੈ ਲਾ ਕੋਈ ਤੀਰ ਮਾਰਿਆ ਕੋਈ ਤਲਵਾਰ ਮਾਰਿਆ ਆਖਿਆ ਮੈਨੂੰ ਅਕਬਰ ਕਾਇਨਾਤ 'ਚ ਪਹਿਲਾ ਗਰੀਬ ਵੀ ਉਹ ਹੈ ਜਿਹੜਾ ਪੁੱਤਰ ਦੇ ਕਾਤਲਾਂ ਦੇ ਪਾਸੇ ਦੇਖ ਕੇ ਬਾਬਾ ਸਰ ਸ਼ਾਹ ਜੀ ਰੋਂਦਾ ਹੀ ਵਧਾ ਤੇ ਮਿਹਨਤ ਕਰਕੇ ਆਦਾ ਵਧਾਈ ਸ਼ਾਮੀਓ 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 ਮੈਂ ਜੀ ਦਾ ਪੁੱਤਾ ਮੈਂ ਲੁੱਟੀ ਆਈ ਲਾਸ਼ ਦਾ ਬਾਹਰ
ਸੋਹਣੀ ਮੁਕਾਨ ਦਿੱਤੀ ਨੇ ਇਹ ਅੱਲਾ ਗਵਾਹ ਹੈ ਬਾਬਾ ਕਮਰ ਸ਼ਾਹ ਜੀ ਮੈਂ ਤਾਂ ਉਮਤੀ ਹਾਂ ਬਾਬਾ ਸੱਚਾ ਜੀ ਮੁਤਵੱਲੀ ਹੋ ਅਜ਼ੀਮ ਅਜ਼ਾਦਾਰ ਹੋ ਸੈਦ ਹੋ ਇਹ ਉਹ ਸੈਣ ਦੇ ਦੁਰ ਬਰਹਮਦ ਉਬੜ ਇੱਕ ਵਾਰੀ ਮਿੰਬਰ 'ਤੇ ਲਏ ਆਓ ਤਸ਼ਰੀਫ ਇਹ ਆਪਣੇ ਹੱਥਾਂ ਨਾਲ ਦੁਰ ਜ਼ਮਾਨੇ ਨੂੰ ਵਿਖਾਓ ਜਿਹੜੇ ਲੁੱਟੇ ਗਏ ਉਹਨਾਂ ਅਰਮਾਨ ਨਾ ਹੀ ਅਰਮਾਨ ਹੀ ਉਹ ਖਾ ਗਈ ਅਸ਼ੀਆ ਕੌਮ ਨੂੰ ਮੰਗਿਆ ਤਾਂ ਦੇ ਛੋੜਿਆ ਖਾਣਾ ਤਾਂ ਖਾਦੀ ਨਾ ਕਰਿਆ ਮਾਵਾਂ ਭੈਣ ਰੱਜ ਕੇ ਰੁਆ ਹੈ ਹੋ ਸਕਦਾ ਹੈ ਕਿਸੇ ਦੇ ਪਾਸੇ ਨਾਲ ਹੁਸੈਨ ਦੀ 4 ਸਾਲਾਂ ਦੀ ਧੀ ਬੈਠੀ ਹੋਵੇ ਆਦਿ ਬੈਠੀ ਹੋਵੇ ਅੰਮਾ ਇਹ ਲੋਕ ਕੌਣ ਦੱਸਾਵੇ ਤੇਰੇ ਬਾਬੇ ਦੇ ਅਦਰਾਰ ਛੁੱਟ ਗਈਆਂ ਕਹਿਦਾ ਰਾਤ ਰੋਵਣ ਵਾਲਾ ਫਿਰਾ ਗਰੀਬਾਂ ਵਾਲੇ ਕਬਰਿਸਤਾਨ ਚਾਰ ਕੇ ਭੈਣ ਦੀ ਕਬਰ ਤੇ ਰੋਂਦਾ ਬੈਠਾ ਆਦਾ ਬੈਠਾ ਮਸੂਮਾ ਸੂਬਾ ਨਿਤ ਜ਼ਿੰਦਾ ਨੇ ਚ ਪੁੱਛਦੀਆਂ ਵੇ ਸਜਾ ਨਿਕਹਿਦਾ ਗਦੜ ਛਕੜੀ ਰਸਾ ਵਤਨ ਦੇ ਗਦੜ ਵਜਣਾ ਅੱਜ ਵੇਖਿਆ ਬਿਰਾਵਾ ਦੀ ਕਹਿਦਾ ਛੁੱਟ ਗਈ ਹੈ ਨਵੇਂ ਵਤਨ ਤੇ ਵੀ ਅਵੇ ਮਸੂਮਾ ਸੈਣ ਦੀ ਕਬਰ ਹਲ ਗਈ ਇਹ ਹੁਣੇ ਦੂਰਾਂ ਦੀ ਛਬੀ ਤੁਹਾਡੇ ਸਾਹਮਣੇ ਪੇਸ਼ ਕਰੇ ਸਨ ਅੱਲਾ ਗਵਾਹੇ ਭੈਣ ਦੀ ਕਬਰ ਚ ਆਵਾਜ਼ ਆਈ ਸਜਾਦ ਸਜਾਦ ਉਹ ਮੇਰਾ ਕਹਿਦੀ ਸਜਾਦ ਬਿਰਾ ਉਹ ਮੇਰਾ ਰਾਤ ਰੋਣ ਵਾਲਾ ਬਿਰਾ ਅੱਜ ਤੱਕ ਕਹਿਦਾ ਛੁੱਟ ਗਈਆਂ ਨਾ ਅੱਜ ਖੂਨ ਕਿਉਂ ਰੋਣਾ ਹੈ ਅੱਲਾ ਗਵਾਹੇ ਸਜਾਦ ਦੀ ਆਵਾਜ਼ ਆਵਿਆ ਮਾਸੂਮਾ ਇੱਕ ਅਰਮਾਨ ਹੈ ਅੱਜ ਜਿਹੜਾ ਤੇਰੇ ਬਿਰਾ ਨੂੰ ਖੂਨ ਪਿਆ ਹੈ ਸਜਾਦ ਕਹਿੰਦਾ ਛੁੱਟ ਗਈਆਂ ਕਹਿੰਦੀ ਖੁਸ਼ ਹੁੰਦੇ ਨੇ ਘਰ ਬਹਿੰਦੇ ਮੇਰੀ ਕਬਰ ਥਾਈ ਬਣਨੀ ਆਈ ਦੱਸਾ ਤਾਂ ਸਹੀ ਦਰਦ ਕਿਹੜਾ ਹੀ ਹਸਰਤ ਭਰੀ ਨਿਗਾਹ ਨਾਲ ਰਤ ਰੋਣ ਵਾਲੇ ਤ੍ਰੈ ਮਾਮਲ ਡਿੱਠੇ ਜਿਹੜਾ ਬੰਦਾ ਅੱਜ ਹੀ ਨਹੀਂ ਰੋ ਸਕਿਆ ਮਿਹਨਤ ਕਰੇ ਸਾਮਾ ਸੋਮਾ ਸੈਣ ਦਾ ਬਹਿਣੇ ਰੋਵੇ ਤ੍ਰੈ ਮਾਮਲ ਡੇਕ ਕੇ ਭੈਣ ਦੀ ਕਬਰ ਦੇ ਪਾਸੇ ਡਿੱਠਾ ਸੂ ਤੇ ਇੱਕ ਹਸਰਤ ਜਿਹੜੀ ਦਸਾਈ ਸੁਖੂਨ ਕਿਉਂ ਰੋਣਾ ਰੋ ਕੇ ਭੈਣ ਨੂੰ ਦਸੈਂਦਾ ਬੈਠਾ ਤ੍ਰੈ ਮਾਮਲ ਨਾਲ ਮਾਸੂਮ ਸਜਾਨ ਖੜਾਇਆ ਨਾ ਕਿਆ ਅੱਜ ਹੋਵੇ ਆ ਤੇਰਾ ਮਾਮਲ ਸਹੀ
ਦਾ ਬੈਠਾ ਵਤ ਕੈ ਵਰਣਾ ਹੈ ਤੇਰੀ ਕਬਾਰੀ ਉੱਤੇ ਉੱਠੀ ਮੈਂ ਲਿਖਣਿਆ ਆਖਰੀ ਵਾਰ ਹੁਣ ਜਿਤਨੀਆਂ ਨਲਾਰੋ ਜਿਤਨੇ ਸੈਦੋ ਸਾਰ ਦਾ ਮਾਤਮ ਕਰੋ ਜਿਤਨੇ ਬਜ਼ੁਰਗ ਇਸ ਦੁਨੀਆਂ 'ਤੇ ਤੁਰ ਗਏ ਮਾਲਕ ਅੱਲਾ ਇਸ ਕੁੜੀ ਵਿਛਾਵਣ ਦਾ ਸਭ ਤੋਂ ਉਹਨਾਂ ਦੇ ਦਰਜਾ ਬੁਲੰਦ ਫਰਮਾ ਉਹਨਾਂ ਨੇ ਜਿੰਨਾ ਤੁਰ ਫਿਰ ਦੋ ਉਸੇ ਜਗ੍ਹਾ ਤਾਂ ਫਰਮਾ ਮਾਲਕ ਅੱਲਾ ਜਿਤਨੇ ਅਜ਼ਾਦਾਰ ਅੱਜ ਦੇ ਇਸ ਦਿਹਾੜੇ ਹਸਨ ਅਮੀਰ ਦੇ ਜਨਾਜ਼ੇ 'ਤੇ ਆਏ ਹਨ ਅਤੇ ਉਹ ਘਰੋਂ ਪਰੇਸ਼ਾਨ ਤੁਰੇ ਹਨ ਮਾਲਕ ਅੱਲਾ ਇਸ ਜਨਾਜ਼ੇ ਦੀ ਸ਼ਿਰਕਤ ਦਾ ਵਾਸਤਾ ਹੀ ਉਸ ਮੂਮਿਨ ਦੇ ਘਰ ਵੰਨਣ ਤੋਂ ਪਹਿਲੇ ਪਰੇਸ਼ਾਨੀਆਂ ਤੁਰ ਫਿਰਦਾ ਮਾਲਕ ਅੱਲਾ ਜਿਤਨੇ ਅਜ਼ਾਦਾਰ ਆਪਣੇ ਜ਼ਿੰਮੇ ਦੁਆਈ ਰੱਖਦੇ ਹਨ ਜਾਂ ਮੈਂ ਹਕੀਰ ਦੇ ਜ਼ਿੰਮੇ ਦੁਆਵਾਂ ਲਾਈਆਂ ਨੇ ਮਾਲਕ ਅੱਲਾ ਇਸ ਥੋੜ੍ਹੀ ਦਾ ਵਾਸਤਾ ਹੀ ਉਹ ਦੁਆਵਾਂ ਆਪਣੀ ਬਾਰਗਾਹ 'ਚ ਕਬੂਲ ਅਤੇ ਮਕਬੂਲ ਫਰਮਾ ਮਾਲਕ ਅੱਲਾ ਜਿਤਨੇ ਅਜ਼ਾਦਾਰਾ ਫੂੜੀ ਵਿਛਾਵਾਂ ਨੇ ਹਿੱਸਾ ਮਿਲਾਇਆ ਉਹਨਾਂ ਦੇ ਰਿਸਕ ਜਾਨ ਮਾਲ ਬਖਤ 'ਚ ਇਜ਼ਾਫਾ ਫਰਮਾ ਉਹਨਾਂ ਨੂੰ ਦਿਨ ਰਾਤ ਦੁਗਣੀ ਚੁਗਣੀ ਤਰੱਕੀ ਅਤਾ ਫਰਮਾ ਮਾਲਕ ਅੱਲਾ ਇਹ ਅਜਰ ਰਿਸਾਲਾ ਥਈ ਜਿਹੜੀ ਹੁਸੈਨ ਬਾਦਸ਼ਾਹ ਦੀ ਸਫ਼ ਵਿੱਚ ਦੀ ਹੈ ਜਿਹੜੀ ਮੁਸਲਮਾਨਾ ਮਦੀਨੇ 'ਚ ਹੁਸੈਨ ਦੀ ਮਾਂ ਨੂੰ ਨਹੀਂ ਦਿੱਤਾ ਜੇ ਇਹ ਉਸ ਹੁਸੈਨ ਬਾਦਸ਼ਾਹ ਦੇ ਮਾਤਮੀ ਅਜ਼ਾਦਾਰ ਨੇ ਅੱਜ ਫੂੜੀ ਵਿਛਾ ਕੇ ਅਜਰ ਰਿਸਾਲਤ ਮਾਲਕ ਅੱਲਾ ਇਸ ਦਾ ਅਜਰ ਅਜ਼ੀਮ ਅਤਾ ਫਰਮਾ ਮਾਲਕ ਅੱਲਾ ਜਿਤਨੇ ਅਜ਼ਾਦਾਰ ਸਿੱਖ ਦਿਨ ਜਿਹਨਾਂ ਝੋਲੀਆਂ 'ਚ ਔਲਾਦ ਨਹੀਂ ਮਾਲਕ ਅੱਲਾ ਸਕਲੈਨ ਸ਼ਾਹ ਜੀ ਬਿਮਾਰ ਹੈ ਬਿਮਾਰੇ ਕਰਬਲਾ ਦੀ ਬਿਮਾਰੀ ਦਾ ਵਾਸਤਾ ਉਹਨਾਂ ਨੂੰ ਮੁਕੰਮਲ ਸਿਹਤ ਅਤੇ ਕਾਮਲਾ ਅਜਲਾ ਅਤਾ ਫਰਮਾ ਹੋਰ ਵੀ ਜਿਤਨੇ ਅਜ਼ਾਦਾਰ ਬਿਮਾਰ ਹਨ ਜਾਂ ਮੇਰੇ ਜ਼ਿੰਮੇ ਦੁਆਵਾਂ ਲੱਗੀਆਂ ਹੋਈਆਂ ਮਾਲਕ ਅੱਲਾ ਬਿਮਾਰੇ ਕਰਬਲਾ ਦੀ ਬਿਮਾਰੀ ਦਾ ਵਾਸਤਾ ਹੀ ਉਸ ਮੋਮਿਨ ਜਾਂ ਮੋਮਿਨ ਨੂੰ ਮਾਲਕ ਅੱਲਾ ਘਰ ਵੰਨਣ ਤੋਂ ਪਹਿਲੇ ਮੁਕੰਮਲ ਸਿਹਤ ਕਾਮਲਾ ਅਜਲਾ ਅਤਾ ਫਰਮਾ ਮਾਲਕ ਅੱਲਾ ਮੁਤਵੱਲੀ ਇਮਾਮ ਬਾਰਗਾਹ ਬਾਬਾ ਸੈਯਦ ਅਸਦ ਬਾਦਸ਼ਾਹ ਦੁੱਖਾਂ ਦੀ ਉਸ ਧਰਤੀ 'ਚ ਮੌਜੂਦ ਹਨ ਜਿੱਥੇ ਅੱਖੀ ਦੇ ਸਾਹਮਣੇ ਜਵਾਨ ਪੁੱਤਰ ਤੁਰ ਗਿਆ ਨੂੰਹ ਤੁਰ ਗਈ ਵਤ ਜ਼ੁਲਮ ਦੇ ਨਾਲ ਧੀ ਇਸ ਦੁਨੀਆ 'ਚ ਤੁਰ ਗਏ ਹੁਸੈਨ ਬਾਦਸ਼ਾਹ ਦੇ ਅਜ਼ੀਮ ਅਜ਼ਾਦਾਰ ਹਨ ਇੱਕ ਦੁੱਖ ਬਾਬਾ ਸੈਦ ਬਾਦਸ਼ਾਹ ਜੀ ਤੁਹਾਡੇ ਦੁੱਖਾਂ ਦੇ ਵਿੱਚ ਮੋਮਿਨ ਸ਼ਰੀਕ ਹੋਏ ਇਸ ਗੱਲ ਨੂੰ ਇਹ ਅਜ਼ਾਦਾਰ ਮਹਿਸੂਸ ਨਹੀਂ ਕਰ ਸਕਦੇ ਜਿਹੜੀ ਕਫੀਅਤ ਇਸ ਦੀ ਤੁਹਾਡੀ ਪੁੱਤਰ ਦੇ ਕੱਪੜੇ ਵੇਚਦੇ ਹੋ ਸੋ ਤਾਂ ਰੱਜ ਰੋਂਦੇ ਹੋ ਸੋ ਪੁੱਤਰ ਦਾ ਕਮਰਾ ਵੇਚਦੇ ਹੋ ਸੋ ਤਾਂ ਰੱਜ ਰੋਂਦੇ ਹੋ ਸੋ ਧੀ ਦਾ ਬਚਪਨ ਜੋ ਯਾਦ ਆਉਂਦਾ ਹੋ ਸੀ ਤੁਹਾਡੇ ਬੇਵਸ ਆਂਸੂ ਨਿਕਲ ਵੇਂਦੇ ਹੋ ਸੋ ਕਿਸਮਤ ਹੁਸੈਨ ਬਾਦਸ਼ਾਹ ਦੀ ਧੀ ਦੀ ਜੋਨ ਭਾਈ ਤੁਸੀਂ ਮੇਰੇ ਛੋਟੇ ਭਾਈ ਹੋ ਲੇਕਿਨ ਮੈਂ ਤੁਹਾਨੂੰ ਦੱਸਾਂ ਮੈਨੂੰ ਹੌਸਲਾ ਕਿਹੜੇ ਲਿਆਉਂਦਾ ਜਿਹੜੇ ਲਈ ਮੈਂ ਇੱਕ ਰਿਵਾਇਤ ਪੜ੍ਹੀ ਆਈ ਕਿ ਸ਼ਿਮਰ ਤੂੰ ਸਿਪਾਹੀਆਂ ਪੁੱਛਿਆ ਕਿ ਯਾਰ ਤੂੰ ਹੁਸੈਨ ਦੀ ਇਸ ਬੱਚੀ 'ਤੇ ਇਤਨਾ ਜ਼ੁਲਮ ਕਿਉਂ ਪਿਆ ਕਰਨਾ ਉਸ ਆਖਿਆ ਮੈਂ ਗਾਜ਼ੀ ਮਾਰਿਆ ਹੁਸੈਨ ਨਹੀਂ ਤੜਪਿਆ ਮੈਂ ਅਕਬਰ ਮਾਰਿਆ ਹੁਸੈਨ ਨਹੀਂ ਤੜਪਿਆ ਮੈਂ ਅਸਗਰ ਮਾਰਿਆ ਹੁਸੈਨ ਨਹੀਂ ਤੜਪਿਆ ਮੈਂ ਚਾਰ ਜ਼ਰਬਾ ਚਲਾਈਆਂ ਹੁਸੈਨ ਨਹੀਂ ਤੜਪਿਆ ਜਿਸ ਵੇਲੇ ਮੈਂ ਇਸ ਬੱਚੀ ਨੂੰ ਚਾਟ ਮਰੇ ਨਾ ਹੁਸੈਨ ਦੀ ਲਾਸ਼ ਤੜਪਦੀ ਤਾਂ ਜਿਤਨੇ ਵੀ ਤੁਹਾਡੇ ਸਾਡੇ ਦੁੱਖ ਹਨ ਕਦਾ ਇਮਾਮ ਹੁਸੈਨ ਦੀ ਇਸ ਧੀ ਤੂੰ ਦੁਆ ਮੰਗ ਕੇ ਤਾਂ ਵੇਖੋ ਇਹ ਸੈਣ ਸਕੀਨਾ ਇੱਕ ਐਸਾ ਮੌਜਾ ਕਿ ਮੇਰੇ ਜੇ ਬੰਦੇ ਅਜੇ ਤਾਈਂ ਜ਼ਿੰਦੇ ਹਨ ਮੇਰੇ ਇਸ ਭਾਈ ਨੇ ਜਿਹੜੀ ਅਕਸਬੰਦੀ ਕੀਤੀ ਹੈ ਵੱਲਾ ਬਾ ਖੁਦਾ ਮੇਰੇ ਕੋਲ ਆਖਰੀ ਸਾਰਾ ਇਮਾਮ ਹੁਸੈਨ ਹੈ ਇਮਾਮ ਹੁਸੈਨ ਦੇ ਦੁੱਖਾਂ ਦਾ ਸਦਕਾ ਜਿਤਨੇ ਮੋਮਨੀਨ ਤੁਸੀਂ ਇੱਥੇ ਮੌਜੂਦ ਹੋ ਮੌਲਾ ਤੁਹਾਡੇ ਰਿਜ਼ਕ 'ਚ ਇਜ਼ਾਫਾ ਕਰੇ ਅਤੇ ਮੇਰੇ ਇਸ ਇਮਾਮ ਬਾਰਗਾਹ ਦੀ ਤਾਂ ਦੁਆ ਹੀ ਆਈ ਤੁਹਾਡੇ ਸਾਡੇ ਜਿਤਨੇ ਮਰਹੂਮੀਨ ਹੈ ਇਹ ਸਵਾਬ ਉਹਨਾਂ ਨੂੰ ਹੋਵੇ ਮੇਰੇ ਕੋਲ ਤੁਹਾਡੇ ਕੋਲ ਕਿਸੇ ਕੋਲ ਕਬਰ ਦੇ ਵਿੱਚ ਇਮਾਮ ਹੁਸੈਨ ਤੋਂ ਇਲਾਵਾ ਜ਼ਿਆਦੇ ਰਾਹ ਕੋਈ ਨਹੀਂ ਮੈਂ ਤੁਹਾਡਾ ਮੋਮਨੀਨ ਨੂੰ ਵੱਲ ਵੱਲ ਹਿੱਕਾ ਗੱਲ ਕਰੇ ਸਾਂ ਕਿ ਯਾਦ ਰੱਖਿਆ ਹਰ ਸ਼ੈ ਤੂੰ ਅਫਜ਼ਲ ਹੈ ਇਮਾਮ ਹੁਸੈਨ ਦਾ ਜ਼ਿਕਰ ਇਮਾਮ ਹੁਸੈਨ ਦਾ ਜ਼ਿਕਰ ਹੈ ਤਾਂ ਨਮਾਜ਼ ਹੈ ਇਮਾਮ ਹੁਸੈਨ ਦਾ ਜ਼ਿਕਰ ਹੈ ਤਾਂ ਰੋਜ਼ਾ ਹੈ
ਤੁਹਾਡੀਆਂ ਸਾਡੀਆਂ ਮੇਰੇ ਤਰੇ ਬੰਦੇ ਮਰ ਗਏ 9 ਮਹੀਨਿਆਂ 'ਚ, ਮੇਰਾ ਤਾਂ ਫਾਤੀਆ ਪੜ੍ਹਨ ਵਾਲੀ ਕੋਈ ਨਹੀਂ, ਮੇਰੀ ਮੰਜੀ 'ਤੇ ਰੋਵਣ ਵਾਲੀ ਕੋਈ ਨਹੀਂ, ਲੇਕਿਨ ਮੋੜੀ ਮੈਂ ਵੇਖ ਲਓ ਹਜ਼ਰਤ ਅਲੀ ਅਕਬਰ ਨੂੰ ਹੀ ਰੋਂਦਾ ਅਤੇ ਬੀਬੀ ਸਕੀਨਾ ਨੂੰ ਹੀ ਰੋਂਦਾ, ਮੇਰੇ ਕੋਲ ਹੀ ਉਹ ਜ਼ਿਆਦੇ ਰਾਹ ਹੈ। ਤੁਹਾਡਾ ਅਤੇ ਸਾਡਾ ਘਰ ਇਮਾਮ ਹੁਸੈਨ ਇਸ ਦੁਨੀਆ 'ਤੇ ਅਤੇ ਆਖਰਤ 'ਚ ਜ਼ਾਮਿਨ ਹੈ, ਤਾਂ ਮੇਰਾ ਇਮਾਮ ਜ਼ਮਾਨਾ ਹਾਜ਼ਰ ਹੈ। ਇਨਸ਼ਾ ਅੱਲਾ ਮੇਰਾ ਮੌਲਾ ਜਦੋਂ ਤੁਸੀਂ ਆਸੋ, ਮੇਰਾ ਹੀ ਉਹ ਜਵਾਨ ਉੱਠ ਕੇ ਤੁਹਾਡੇ ਨਾਲ ਜਹਾਦ ਜ਼ਰੂਰ ਕਰੇ ਸੀ। ਇਨਸ਼ਾ ਅੱਲਾ ਜਿਤਨੇ ਵੀ ਮੋਮਨੀਨ ਤੰਗ ਦੱਸ ਤੋਂ ਕਦੀ ਵੀ ਪਰੇਸ਼ਾਨ ਨਾ ਹੋਵੇ, ਕਿਉਂਕਿ ਤੁਹਾਡਾ ਅਤੇ ਮੇਰਾ ਹਾਮੀ ਉਹ ਨਾਸਰ ਇਮਾਮੇ ਜ਼ਮਾਨੇ। ਜਿਤਨੇ ਵੀ ਦੁੱਖ ਆ ਵਜਨ ਉਹ ਵੇਦੇ ਪੈਣ, ਉਹ ਲਿਖਦੇ ਪੈਣ, ਇਨਸ਼ਾ ਅੱਲਾ ਬੀਬੀ ਫਾਤਮਾ ਸਾਨੂੰ ਆਖਣਗੇ ਜੰਨਤ ਤੁਹਾਡੀ ਹੈ ਮੇਰੇ ਮੋਮਨਾ ਦੀ ਹੈ। ਚਲੋ ਇੱਕ ਦੁੱਖ ਐਸਾ ਆ ਗਈ ਹੈ, ਇਸੇ ਵੇਲੇ ਦਾ ਦੁੱਖ ਹੈ, ਜਿਹੜੀਆਂ ਝੋਲੀਆਂ ਅੱਜ ਤਾਈਂ ਸਿੱਕਦੀਆਂ ਨੇ, ਜੋ ਝੋਲੀ 'ਚ ਔਲਾਦ ਨਹੀਂ, ਸਦਕਾ ਉਸ ਬੀਬੀ ਦੀ ਖਾਲੀ ਝੋਲੀ ਦਾ ਜਿਹੜੀ ਸ਼ਾਮ ਦੇ ਜ਼ਿੰਦਾਨ ਜਦ ਰਾਤ ਦੇ ਵੇਲੇ ਖਾਲੀ ਝੋਲੀ ਬਣਾਵੇ। ਪਿੰਨ ਲਵਿਆ ਜਿੰਨਾਂ ਝੋਲੀਆਂ 'ਚ ਔਲਾਦ ਨਹੀਂ, ਜਿਹਨੂੰ ਪਤਾ ਹੈ ਜੋ ਫਲਾਂ ਮੋਮਨ ਦੀ ਔਲਾਦ ਨਹੀਂ ਉਹਦੇ ਵਾਸਤੇ ਝੋਲੀ ਬਣਾਵੇ। ਅਸਗਰ ਦੀ ਉਜੜੀ ਮਾਂ ਸ਼ਾਮ ਦੇ ਜ਼ਿੰਦਾਨ ਚੱਲਾ ਗਵਾਏ, ਝੋਲੀ ਬਣਾਵੇ ਆ ਜ਼ਮੀਨ 'ਤੇ ਹੱਥ ਮਾਰਿਆ। ਕਮਰ ਸ਼ਾਹ ਜੀ ਤੁਹਾਡੀ ਇੱਜ਼ਤ ਦੀ ਕਸਮ, ਮੈਂ ਅਸਮਾਨ ਦੇ ਪਾਸ ਦੇਖਿਆ, ਅੱਧ ਰਾਤ ਦੇ ਵੇਲੇ ਵਹਿਣ ਕਰਕੇ ਆ ਗਈ ਆਈ ਬੀਬੀ ਆ ਗਈ ਆਈ ਪਿਆ ਤਾਰਾ ਫਜਰ ਮੁਹੰਮਦ।